वागुरु जी का खालसा वागुरु जी की फतेह गुरु साहबान वालों बख्शिया गया ताज बहुत कीमती है संसार की कोई भी ਕੀਮਤੀ ਤੋਂ ਕੀਮਤੀ ਵਸਤੂ ਇਸ ਬਖਸ਼ੇ ਹੋਏ ਤਾਜ ਦਾ ਮੁਕਾਬਲਾ ਨਹੀਂ ਕਰ ਸਕਦੀ ਤਿੰਨਾ ਇਸ ਤਾਜ ਦਾ ਕਿਸੇ ਸੰਸਾਰ ਦੀ ਦੁਨੀਆਵੀ ਵਸਤੂ ਦੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਤੋਹਫਾ ਜੋ ਗੁਰੂ ਦੇ ਵੱਲੋਂ ਆਪਣੇ ਸਭ ਤੋਂ ਪਿਆਰੇ ਪੁੱਤਰ ਨੂੰ ਬਖਸ਼ਿਸ਼ ਕੀਤਾ ਗਿਆ ਉਸ ਦਾ ਨਾਮ ਹੈ ਦਸਤਾਰ ਇਸ ਦਸਤਾਰ ਦੇ ਬਾਬਤ ਸਾਡੇ ਦਿਮਾਗ ਦੇ ਅੰਦਰ ਇੱਕ ਗੱਲ ਚੱਲਦੀ ਹੈ ਕਿ ਇਸ ਨੂੰ ਬਾਜ਼ਾਰ ਤੋਂ ਖਰੀਦਿਆ ਜਾ ਸਕਦਾ ਹੈ ਕੱਪੜਾ ਹੈ ਹੋ ਸਕਦਾ ਹੈ ਇਹ ਕੱਪੜਾ ਕਿਸੇ ਮਿਲ ਤੋਂ ਤਿਆਰ ਹੁੰਦਾ ਹੋਵੇ ਕਿਸੇ ਦੇ ਵੱਲੋਂ ਇਹਨੂੰ ਬਣਾਇਆ ਜਾਂਦਾ ਹੋਵੇ ਇਹ ਕਿਸੇ ਦੁਕਾਨ ਤੇ ਵੇਚਿਆ ਜਾਂਦਾ ਹੋਵੇ ਕੋਈ ਇਸ ਦਾ ਖਰੀਦਦਾਰ ਹੋਵੇ ਪਰ ਇਸ ਕੱਪੜੇ ਦੇ ਪਿੱਛੇ ਜੋ ਬਹੁਤ ਵੱਡਾ ਇਤਿਹਾਸ ਛੁਪਿਆ ਹੋਇਆ ਹੈ ਉਹ ਮਾਨ ਕਰਨ ਵਾਲਾ ਹੈ ਕਿਸੇ ਬੰਦੇ ਦੇ ਸਿਰ ਤੋਂ ਚਪੇੜ ਮਾਰ ਕੇ ਟੋਪੀ ਲਾਹ ਦਿੱਤੀ ਜਾਵੇ ਤੇ ਉਹ ਜ਼ਮੀਨ ਤੇ ਡਿੱਗ ਪਏ ਉਹ ਜ਼ਿੰਦਗੀ ਮੌਤ ਦਾ ਸਵਾਲ ਨਹੀਂ ਬਣਦਾ ਜੇ ਕੋਈ ਬੰਦਾ ਸਿੱਖ ਦੀ ਦਸਤਾਰ ਨੂੰ ਹੱਥ ਪਾਵੇ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਜਾਂਦਾ ਹੈ ਅਨਕ ਗੈਰਤ ਤੇ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਨੇ ਇਸ ਦਸਤਾਰ ਨੂੰ ਕਦੇ ਝੁਕੰਨੀ ਨਹੀਂ ਦਿੰਦੇ ਮਹਾਰਾਜੇ ਪ੍ਰਤਾਪ ਨੇ ਇਹ ਆਪਣੀ ਦਸਤਾਰ ਦੁਨੀਆ ਦੇ ਕਿਸੇ ਵੀ ਰਾਜੇ ਦੇ ਅੱਗੇ ਝੁਕਾ ਨਹੀਂ ਦਿੱਤੀ ਉਸ ਨੂੰ ਪਤਾ ਹੈ ਇਸ ਦਸਤਾਰ ਦੀ ਕੀਮਤ ਕੀ ਹੁੰਦੀ ਹੈ ਤੇ ਮੈਂ ਅੱਜ ਦੱਸਣਾ ਚਾਹੁੰਦਾ ਆਪਣੀ ਨੌਜਵਾਨ ਪਨੀਰੀ ਨੂੰ ਤੁਸੀਂ ਸਿਰ ਤੇ ਜਿਹੜਾ ਤਾਜ ਸਜਾਇਆ ਹੋਇਆ ਹੈ ਇਹਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਦਸਤੂਰ ਇਹ ਦਸਤਾਰ ਲਹਿਰ ਦੇ ਵੱਲੋਂ ਵਕਵਾਕਾ ਥਾਮਾ ਤੇ ਦਸਤਾਰ ਮੁਕਾਬਲੇ ਕਰਾਉਣ ਦਾ ਪ੍ਰਣ 13 ਅਪ੍ਰੈਲ ਨੂੰ ਕੀਤਾ ਗਿਆ ਸੀ ਇਹ ਦਿਮਾਗ ਦੇ ਅੰਦਰ ਸੋਚ ਸੀ ਕਿ ਜਿਹੜਾ ਪੰਜਾਬ ਗੁਰੂ ਸਹਿਬਾਨਾਂ ਦੇ ਨਾਮ ਤੇ ਵੱਸਦਾ ਹੈ ਜਿਸ ਪੰਜਾਬ ਦੇ ਅੰਦਰ ਗੁਰੂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਉਹਨਾਂ ਲੋਕਾਂ ਦੇ ਸਿਰਾਂ ਦੇ ਉੱਤੇ ਗੁਰੂ ਦਾ ਨਿਸ਼ਾਨ ਹੋਣਾ ਚਾਹੀਦਾ ਹੈ ਅੱਜ ਫੈਸ਼ਨ ਪ੍ਰਸਤੀ ਦੀ ਦੌੜ ਦੇ ਵਿੱਚ ਇਸ ਨਿਸ਼ਾਨ ਨੂੰ ਡੇਗਣ ਦਾ ਯਤਨ ਕੀਤਾ ਜਾ ਰਿਹਾ ਹੈ ਸੋਹਣੇ ਲੱਗਣ ਦੇ ਚਾਹ ਵਿੱਚ ਇਸ ਤਾਜ ਨੂੰ ਸਿਰ ਤੋਂ ਲਾਹਿਆ ਜਾ ਰਿਹਾ ਹੈ ਪਰ ਮੈਂ ਦੱਸਣਾ ਚਾਹੁੰਦਾ ਵੀਰੋ ਅਸਲ ਵਿੱਚ ਸੋਹਣੀ ਤੁਸੀਂ ਇਸ ਤਾਜ ਨਾਲ ਲੱਗਦੇ ਹੋ ਤੁਹਾਡੀ ਪਰਸਨੈਲਿਟੀ ਗੁਰੂ ਦੇ ਵੱਲੋਂ ਬਖਸ਼ੇ ਗਏ ਤਾਜ ਕਰਕੇ ਹੈ ਇਸ ਤਾਜ ਤੇ ਮਾਣ ਕਰਕੇ ਵੇਖੋ ਆਓ 1 ਮਈ ਨੂੰ ਪਿੰਡ ਬੂਟਚੰਦ ਨੇੜੇ ਦਿয়ালਪੁਰ ਇਕੱਠੇ ਹੋਈਏ ਤੇ ਇਸ ਤਾਜ ਦੀ ਮਹੱਤਤਾ ਨੂੰ ਸਮਝਣ ਦਾ ਯਤਨ ਕਰੀਏ ਪਰਨ ਕਰੀਏ ਕਿ ਅਸੀਂ ਇਸ ਤਾਜ ਨੂੰ ਹਰ ਇੱਕ ਨੌਜਵਾਨ ਦੇ ਸਿਰ ਤੇ ਸਜਾਉਣ ਦਾ ਪ੍ਰਣ ਕਰਦੇ ਹਾਂ ਤੇ ਜਿਸ ਦਿਨ ਮੇਰੀ ਜਵਾਨੀ ਦੇ ਮਨ ਵਿੱਚ ਇਹ ਜज्ਬਾ ਪੈਦਾ ਹੋ ਗਿਆ ਕਿ ਅਸੀਂ ਇਹ ਤਾਜ ਕਿਸੇ ਦੇ ਸਿਰ ਤੋਂ ਲੈਣ ਨਹੀਂ ਦੇਣਾ ਦੁਸ਼ਮਣ ਭਾਵੇਂ ਲੱਖ ਯਤਨ ਕਰ ਲਵੇ ਇਹ ਤਾਜ ਸਿਰਾਂ ਤੋਂ ਲੱਥੇਗਾ ਨਹੀਂ ਦਸਤੂਰ-ਏ-ਦਸਤਾਰ ਲਹਿਰ ਦੇ ਵੱਲੋਂ ਤੀਸਰਾ ਦਸਤਾਰ ਮੁਕਾਬਲਾ ਪਿੰਡ ਬੂੜਚੰਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 5 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ ਬੱਚੇ ਸਾਰਾ ਸਮਾਨ ਆਪਣਾ ਲੈ ਕੇ ਆਉਣਗੇ ਸਾਰਿਆਂ ਬੱਚਿਆਂ ਨੂੰ ਹੀ ਲਹਿਰ ਦੇ ਵੱਲੋਂ ਸਨਮਾਨਤ ਕੀਤਾ ਜਾਏਗਾ ਕਿਸੇ ਬੱਚੇ ਨੂੰ ਨਿਰਾਸ਼ ਨਹੀਂ ਭੇਜਿਆ ਜਾਏਗਾ ਤੁਸੀਂ ਆਓ